ਕਲਕੱਤਾ 'ਚ ਡਾਕਟਰ ਦੇ ਰੇਪ ਅਤੇ ਮਰਡਰ ਤੋਂ ਬਾਅਦ ਹੁਣ ਇੱਕ ਹੋਰ ਦਿਲ ਨੂੰ ਦਹਿਲਾਉਣ ਵਾਲੀ ਵਾਰਦਾਤ ਵਾਪਰੀ ਹੈ ਜਦੋਂ 14 ਸਾਲ ਦੀ ਬੱਚੀ ਦੇ ਨਾਲ ਦੋ ਦਰਿੰਦਿਆਂ ਨੇ ਦੁਸ਼ਕਰਮ ਕੀਤਾ। ਇਹ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਜਦੋਂ ਪੁਲਿਸ ਮੁਲਾਜ਼ਮ ਬੱਚੀ ਦਾ ਮੈਡੀਕਲ ਕਰਾਉਣ ਲਈ ਹਸਪਤਾਲ ਲੈ ਕੇ ਆਏ ਤਾਂ ਉੱਥੇ ਕੁਝ ਸਮਾਜ ਸੇਵੀ ਵੀ ਪਹੁੰਚ ਗਏ। ਇਸ ਦੌਰਾਨ ਮਹਿਲਾਵਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇੱਕ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਦਕਿ ਦੂਜਾ ਮੁਲਜ਼ਮ ਅਜੇ ਵੀ ਫਰਾਰ ਚੱਲ ਰਿਹਾ। ਉੱਥੇ ਪੁਲਿਸ ਨੇ ਦੋਸ਼ੀ ਦਾ ਮੈਡੀਕਲ ਕਰਵਾ ਕੇ ਉਸਦਾ DNA ਸੈਂਪਲ ਵੀ ਲੈ ਲਿਆ। ਦੱਸਣਾ ਬਣਦਾ ਹੈ ਕਿ ਜਿਸ ਬੱਚੀ ਦੇ ਨਾਲ ਦੁਸ਼ਕਰਮ ਹੋਇਆ ਉਹ ਇੱਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਹੈ ਤੇ 13 ਅਗਸਤ ਨੂੰ ਸਨੀ ਨਾਮ ਦਾ ਨੌਜਵਾਨ ਉਸਨੂੰ ਘਰ ਤੋਂ ਦੂਰ ਖੇਤ ਦੇ ਵਿੱਚ ਲੈ ਗਿਆ ਅਤੇ ਉੱਥੇ ਉਸ ਨਾਲ ਦੁਸ਼ਕਰਮ ਕੀਤਾ। ਫਿਲਹਾਲ ਮੌਕੇ ਤੇ ਪਹੁੰਚੀਆਂ ਸਮਾਜ ਸੇਵੀ ਮਹਿਲਾਵਾਂ ਦੇ ਵੱਲੋਂ ਬੱਚੀ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਕੋਈ ਰਾਜ਼ੀਨਾਮਾ ਨਹੀਂ ਬਣਦਾ ਤੇ ਉਹ ਮੁੰਡਾ ਜਿਹੜਾ ਦੋ ਫੜੇ ਗਏ ਦੋਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਦਾ ਨਾਮ ਮਨੀ ਹੈ, ਦੂਸਰੇ ਦਾ ਬੱਚੀ ਇਹ ਰੈਕੋਗਨਾਈਜ਼ ਨਹੀਂ ਕਰ ਪਾ ਰਹੀ, ਉਹ ਵੀ ਰੈਕੋਗਨੀਸ਼ਨ। ਕਲਕੱਤਾ 'ਚ ਡਾਕਟਰ ਦੇ ਰੇਪ ਅਤੇ ਮਰਡਰ ਤੋਂ ਬਾਅਦ ਹੁਣ ਇੱਕ ਹੋਰ ਦਿਲ ਨੂੰ ਦਹਿਲਾਉਣ ਵਾਲੀ ਵਾਰਦਾਤ ਵਾਪਰੀ ਹੈ ਜਦੋਂ 14 ਸਾਲ ਦੀ ਬੱਚੀ ਦੇ ਨਾਲ ਦੋ ਦਰਿੰਦਿਆਂ ਨੇ ਦੁਸ਼ਕਰਮ ਕੀਤਾ। ਇਹ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਜਦੋਂ ਪੁਲਿਸ ਮੁਲਾਜ਼ਮ ਬੱਚੀ ਦਾ ਮੈਡੀਕਲ ਕਰਾਉਣ ਲਈ ਹਸਪਤਾਲ ਲੈ ਕੇ ਆਏ ਤਾਂ ਉੱਥੇ ਕੁਝ ਸਮਾਜ ਸੇਵੀ ਵੀ ਪਹੁੰਚ ਗਏ। ਇਸ ਦੌਰਾਨ ਮਹਿਲਾਵਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇੱਕ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਦਕਿ ਦੂਜਾ ਮੁਲਜ਼ਮ ਅਜੇ ਵੀ ਫਰਾਰ ਚੱਲ ਰਿਹਾ। ਉੱਥੇ ਪੁਲਿਸ ਨੇ ਦੋਸ਼ੀ ਦਾ ਮੈਡੀਕਲ ਕਰਵਾ ਕੇ ਉਸਦਾ DNA ਸੈਂਪਲ ਵੀ ਲੈ ਲਿਆ। ਦੱਸਣਾ ਬਣਦਾ ਹੈ ਕਿ ਜਿਸ ਬੱਚੀ ਦੇ ਨਾਲ ਦੁਸ਼ਕਰਮ ਹੋਇਆ ਉਹ ਇੱਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਹੈ ਤੇ 13 ਅਗਸਤ ਨੂੰ ਸਨੀ ਨਾਮ ਦਾ ਨੌਜਵਾਨ ਉਸਨੂੰ ਘਰ ਤੋਂ ਦੂਰ ਖੇਤ ਦੇ ਵਿੱਚ ਲੈ ਗਿਆ ਅਤੇ ਉੱਥੇ ਉਸ ਨਾਲ ਦੁਸ਼ਕਰਮ ਕੀਤਾ। ਫਿਲਹਾਲ ਮੌਕੇ ਤੇ ਪਹੁੰਚੀਆਂ ਸਮਾਜ ਸੇਵੀ ਮਹਿਲਾਵਾਂ ਦੇ ਵੱਲੋਂ ਬੱਚੀ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਕੋਈ ਰਾਜ਼ੀਨਾਮਾ ਨਹੀਂ ਬਣਦਾ ਤੇ ਉਹ ਮੁੰਡਾ ਜਿਹੜਾ ਦੋ ਫੜੇ ਗਏ ਦੋਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਦਾ ਨਾਮ ਮਨੀ ਹੈ, ਦੂਸਰੇ ਦਾ ਬੱਚੀ ਇਹ ਰੈਕੋਗਨਾਈਜ਼ ਨਹੀਂ ਕਰ ਪਾ ਰਹੀ, ਉਹ ਵੀ ਰੈਕੋਗਨੀਸ਼ਨ। ਕਲਕੱਤਾ 'ਚ ਡਾਕਟਰ ਦੇ ਰੇਪ ਅਤੇ ਮਰਡਰ ਤੋਂ ਬਾਅਦ ਹੁਣ ਇੱਕ ਹੋਰ ਦਿਲ ਨੂੰ ਦਹਿਲਾਉਣ ਵਾਲੀ ਵਾਰਦਾਤ ਵਾਪਰੀ ਹੈ ਜਦੋਂ 14 ਸਾਲ ਦੀ ਬੱਚੀ ਦੇ ਨਾਲ ਦੋ ਦਰਿੰਦਿਆਂ ਨੇ ਦੁਸ਼ਕਰਮ ਕੀਤਾ। ਇਹ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਜਦੋਂ ਪੁਲਿਸ ਮੁਲਾਜ਼ਮ ਬੱਚੀ ਦਾ ਮੈਡੀਕਲ ਕਰਾਉਣ ਲਈ ਹਸਪਤਾਲ ਲੈ ਕੇ ਆਏ ਤਾਂ ਉੱਥੇ ਕੁਝ ਸਮਾਜ ਸੇਵੀ ਵੀ ਪਹੁੰਚ ਗਏ। ਇਸ ਦੌਰਾਨ ਮਹਿਲਾਵਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇੱਕ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਦਕਿ ਦੂਜਾ ਮੁਲਜ਼ਮ ਅਜੇ ਵੀ ਫਰਾਰ ਚੱਲ ਰਿਹਾ। ਉੱਥੇ ਪੁਲਿਸ ਨੇ ਦੋਸ਼ੀ ਦਾ ਮੈਡੀਕਲ ਕਰਵਾ ਕੇ ਉਸਦਾ DNA ਸੈਂਪਲ ਵੀ ਲੈ ਲਿਆ। ਦੱਸਣਾ ਬਣਦਾ ਹੈ ਕਿ ਜਿਸ ਬੱਚੀ ਦੇ ਨਾਲ ਦੁਸ਼ਕਰਮ ਹੋਇਆ ਉਹ ਇੱਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਹੈ ਤੇ 13 ਅਗਸਤ ਨੂੰ ਸਨੀ ਨਾਮ ਦਾ ਨੌਜਵਾਨ ਉਸਨੂੰ ਘਰ ਤੋਂ ਦੂਰ ਖੇਤ ਦੇ ਵਿੱਚ ਲੈ ਗਿਆ ਅਤੇ ਉੱਥੇ ਉਸ ਨਾਲ ਦੁਸ਼ਕਰਮ ਕੀਤਾ। ਫਿਲਹਾਲ ਮੌਕੇ ਤੇ ਪਹੁੰਚੀਆਂ ਸਮਾਜ ਸੇਵੀ ਮਹਿਲਾਵਾਂ ਦੇ ਵੱਲੋਂ ਬੱਚੀ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਕੋਈ ਰਾਜ਼ੀਨਾਮਾ ਨਹੀਂ ਬਣਦਾ ਤੇ ਉਹ ਮੁੰਡਾ ਜਿਹੜਾ ਦੋ ਫੜੇ ਗਏ ਦੋਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਦਾ ਨਾਮ ਮਨੀ ਹੈ, ਦੂਸਰੇ ਦਾ ਬੱਚੀ ਇਹ ਰੈਕੋਗਨਾਈਜ਼ ਨਹੀਂ ਕਰ ਪਾ ਰਹੀ, ਉਹ ਵੀ ਰੈਕੋਗਨੀਸ਼ਨ।